ਹਿਊਮਨ ਟੈਂਡੈਂਸੀ ਹੈ ਕਿ ਅਸੀਂ ਕੁਛ ਨਾ ਕੁਛ ਡਾਇਰੈਕਸ਼ਨ ਜਾਂ ਕੁਛ ਨਾ ਕੁਛ ਲਿੰਕ ਲੱਭ ਲੈਂਦੇ ਹਾਂ। ਪੇਪਰ ਕੋਈ ਵੀ MCQ ਦਾ ਹੁੰਦਾ ਹੈ, ਸਾਡੇ ਕੋਲ OMR ਸ਼ੀਟ ਹੁੰਦੀ ਹੈ, ਤੇ ਜਦੋਂ ਸਾਡੀ ਤਿਆਰੀ ਘੱਟ ਹੈ, ਜਦੋਂ ਅਸੀਂ ਐਮਰਜੈਂਸੀ ਜਾਂ ਜਦੋਂ ਅਸੀਂ ਪਾਸ ਹੀ ਹੋਣਾ ਚਾਹੁੰਦੇ ਹਾਂ ਜਾਂ ਮਤਲਬ ਥੋੜੇ ਸਕੋਰ ਵਧਾਉਣਾ ਚਾਹੁੰਦੇ ਹਾਂ, ਕੁਆਲੀਫਾਈ ਹੋਣਾ ਚਾਹੁੰਦੇ ਹਾਂ, ਤੇ ਅਸੀਂ ਜਿਹੜੇ ਰੈਂਡਮ ਗੈਸ ਇਸ ਤਰ੍ਹਾਂ ਦੇ ਲਾਨੇ ਹਨ ਕਿ ਨੌਲੇਜ ਤੇ ਜਿਹੜਾ ਲੌਜਿਕ ਹੈ ਸਾਡਾ ਅਪਲਾਈ ਨਹੀਂ ਹੋ ਸਕਿਆ। ਸੋ ਇੱਕ ਉਹਨਾਂ ਚੋਂ ਇਹ ਪ੍ਰਿੰਸੀਪਲ ਹੈ ਆਫ ਫੁੱਟਪ੍ਰਿੰਟ, ਪੈਰਾਂ ਦੇ ਨਿਸ਼ਾਨ। ਉਹ ਕੀ ਹੈ? ਪੈਰਾਂ ਦੇ ਨਿਸ਼ਾਨ ਹਮੇਸ਼ਾ ਲਗਾਤਾਰ ਹੁੰਦੇ ਹਨ ਕਿ ਇਹ ਫੁੱਟਪ੍ਰਿੰਟ 3 ਹੈ, ਇਹ ਫੁੱਟਪ੍ਰਿੰਟ 2 ਹੈ, ਇਹ ਹੋਰ ਕੋਈ ਫੁੱਟਪ੍ਰਿੰਟ ਨਹੀਂ ਹੈ। ਇੱਕ ਪੈਟਰਨ ਫੋਲੋ ਹੁੰਦਾ ਹੈ ਜਾਂ ਨਹੀਂ ਹੁੰਦਾ ਹੈ, ਵੈਸੇ ਪੈਟਰਨ ਵੱਲ ਕਦੇ ਵੀ ਨਹੀਂ ਜਾਣਾ ਚਾਹੀਦਾ। ਲੌਜਿਕ ਅਤੇ ਨੌਲੇਜ ਹੀ ਅਪਲਾਈ ਕਰਨੀ ਚਾਹੀਦੀ ਹੈ। ਐਮਰਜੈਂਸੀ ਵਿੱਚ ਤੁਸੀਂ ਸੋਚ ਸਕਦੇ ਹੋ ਕਿ ਫੁੱਟਪ੍ਰਿੰਟ ਦਾ ਪ੍ਰਿੰਸੀਪਲ ਅਪਲਾਈ ਕਰਨਾ ਚਾਹੀਦਾ ਹੈ, ਹੈ ਕੀ ਇਹ ਪ੍ਰਿੰਸੀਪਲ, ਪਹਿਲਾਂ ਇਹ ਜਾਣ ਲਈਏ। ਫੁੱਟਪ੍ਰਿੰਟ ਦਾ ਪ੍ਰਿੰਸੀਪਲ ਹੈ ਕਿ 2 ਲਗਾਤਾਰ ਜਿਹੜੇ ਸਵਾਲ ਨੇ ਉਹ ਘੱਟ ਹੀ ਸਹੀ ਹੁੰਦੇ ਹਨ। ਅਵਾਇਡ ਦਾ ਫੁੱਟਪ੍ਰਿੰਟ, 2 ਸਕਸੈਸਿਵਲੀ ਕੁਐਸਚਨ ਆਰ ਰੇਅਰਲੀ ਸੇਮ। ਇੱਕ ਫੁੱਟਪ੍ਰਿੰਟ ਹੈ ਜਾਂ ਇਸਨੂੰ 2 ਕਹਿ ਲਓ, ਇੱਕ ਤੋਂ ਬਾਅਦ ਦੂਸਰਾ ਸਹੀ ਆਨਸਰ, ਬਿਲਕੁਲ ਠੀਕ ਹੈ। ਜੇ 3 ਵਾਲਾ ਹੈ ਤਾਂ 3 ਸਹੀ ਆਨਸਰ। ਫੋਰ ਐਗਜ਼ਾਮਪਲ, A, B, C, D, ਇਹਦੀ ਗੱਲ ਆਲਰੇਡੀ ਕੀਤੀ ਹੈ ਕਿ ਬੀ ਪਿਛਲੇ PSAT ਦੇ ਪੇਪਰਾਂ ਵਿੱਚ ਬੀ ਸਭ ਤੋਂ ਜ਼ਿਆਦਾ ਸਹੀ ਆਨਸਰ ਆ ਰਿਹਾ ਹੈ, ਡੀ ਸਭ ਤੋਂ ਘੱਟ। ਮੰਨ ਲਓ 4 ਫੁੱਟਪ੍ਰਿੰਟ, ਕੀ ਇਹ ਪੋਸੀਬਲ ਹੈ? 5 ਫੁੱਟਪ੍ਰਿੰਟ ਪੋਸੀਬਲ ਹੈ ਕਿ ਲਗਾਤਾਰ 5 ਆਪਸ਼ਨ ਇੱਕ ਹੀ ਠੀਕ ਹੋਵੇ? ਇਹ ਪ੍ਰਿੰਸੀਪਲ ਕਹਿੰਦਾ ਹੈ ਕਿ ਇਹ ਤਾਂ ਪ੍ਰਿੰਸੀਪਲ ਐਕਸੈਸਿਵ 'ਚ ਜਾ ਰਿਹਾ ਹੈ। ਜੇ ਬੀ ਇਹਦਾ ਠੀਕ ਹੈ ਤਾਂ ਬਹੁਤ ਘੱਟ ਪ੍ਰੋਬੇਬਿਲਿਟੀ ਹੋਏਗੀ, ਇਹ ਨਹੀਂ ਹੈ ਕਿ ਨਹੀਂ ਹੋਏਗੀ, ਕਿ ਬੀ ਅਗਲਾ ਵੀ ਸਹੀ ਹੋਵੇ, ਅਗਲਾ A, C, D ਚੋਂ ਠੀਕ ਹੋਏਗਾ। ਹੁਣ ਜੇ ਇਹ ਕਹਿ ਰਹੇ ਨੇ ਤੇ, ਪਰ ਅਸੀਂ ਇਹ ਤਾਂ ਦੇਖ ਲਈਏ ਕਿ ਕੀ ਲਗਾਤਾਰ 5 ਜਾਂ 4 ਠੀਕ ਹੋ ਸਕਦੇ ਨੇ। ਹਾਂ, ਲਗਾਤਾਰ 5 ਜਾਂ 4 ਬਹੁਤ ਜ਼ਿਆਦਾ ਘੱਟ। ਜਿਹੜਾ ਮੈਂ ਐਨਾਲਿਸਿਸ CTET ਦਾ ਕੀਤਾ ਸੀ ਉਹਦੇ ਵਿੱਚ ਕਿਤੇ 1 ਦੇ ਪੇਪਰ 'ਚ ਮਿਲੇ ਸੀ, ਅਦਰਵਾਈਜ਼ 3 ਤੋਂ ਵੱਧ ਲਗਾਤਾਰ ਜਾਣ ਦੀ ਸੰਭਾਵਨਾ ਘੱਟ ਹੈ। ਇਹ ਫੁੱਟਪ੍ਰਿੰਟ ਦਾ ਪ੍ਰਿੰਸੀਪਲ ਹੈ ਕਿ ਲਗਾਤਾਰ ਸੇਮ ਆਪਸ਼ਨ ਸਹੀ ਆਨਸਰ ਨਹੀਂ ਹੋ ਸਕਦਾ। ਇਸ ਤੋਂ ਪਹਿਲਾਂ ਰਿਸਰਚ ਜਿਹੜੀ ਹੈ ਇਸ ਦਾ ਡਾਟਾ ਐਨਾਲਿਸਿਸ ਕੀਤਾ ਹੈ ਪਿਛਲੇ ਸਾਲ ਦੇ PSAT ਦੇ ਪੇਪਰਾਂ ਦਾ, ਉਹ ਦੇਖ ਲੈਣਾ ਚਾਹੀਦਾ ਹੈ ਕਿ ਜਿਹੜੇ ਫੁੱਟਪ੍ਰਿੰਟ ਹਨ ਉਹ 4 ਵਾਲੇ, ਜਿਵੇਂ ਮੈਂ ਪਿੱਛੇ ਕਹਿ ਕੇ ਆਇਆ ਹਾਂ, ਇੱਕ ਵੀ ਅਜਿਹੀ ਐਗਜ਼ਾਮਪਲ ਨਹੀਂ ਮਿਲੀ ਜਿਹੜੇ ਲਗਾਤਾਰ ਉਹੀ ਆਪਸ਼ਨ ਠੀਕ 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 ਕਰੈਕਟ ਆਨਸਰ ਹੋਵੇ। ਸੋ ਇਸ ਨੂੰ ਤਾਂ ਭੁੱਲ ਜਾਣਾ ਚਾਹੀਦਾ ਹੈ। ਹਾਂ, 3 ਠੀਕ ਆਨਸਰ ਲਗਾਤਾਰ, ਇਹ ਫੋਰ ਐਗਜ਼ਾਮਪਲ ਮੰਨ ਲਓ B, B, B ਰਾਈਟ ਆਨਸਰ ਹੈ। 2 ਕੇਸ ਅਜਿਹੇ ਮਿਲੇ ਨੇ ਇੱਕ ਪੇਪਰ 'ਚੋਂ 150 ਕੁਐਸਚਨਾਂ ਦੇ ਵਿੱਚੋਂ, ਔਰ 2 ਜਿਹੜੇ ਹੈ ਲਗਾਤਾਰ ਠੀਕ ਹੋਣਗੇ, ਇਹ 15 ਅਜਿਹੇ ਇੰਸਟਾਂਸ ਮਿਲੇ ਨੇ। ਸੋ ਜੇ ਇਹਨਾਂ ਦੀ ਕੈਲਕੂਲੇਸ਼ਨ ਕੀਤੀ ਜਾਵੇ ਕਿ ਫੁੱਟਪ੍ਰਿੰਟ ਦੀ ਪ੍ਰੋਬੇਬਿਲਿਟੀ ਕਿੰਨੀ ਹੈ, ਇਹ ਪ੍ਰਿੰਸੀਪਲ ਲਗਭਗ 80% ਇਹ ਹੁੰਦਾ ਹੈ ਕਿ ਜਿਹੜਾ ਕੁਐਸਚਨ ਦਾ ਆਨਸਰ, ਜਿਹੜੀ ਆਪਸ਼ਨ ਹੈ ਉਸ ਤੋਂ ਅਗਲੀ ਉਹ ਨਹੀਂ ਹੋਏਗੀ। ਇੰਨੀ ਕਿੰਨੀ ਸੰਭਾਵਨਾ? 80%। 20% ਸੰਭਾਵਨਾ ਇਹ ਹੈ ਕਿ ਉਹ ਅਗਲਾ ਉੱਤਰ 1 ਹੋ ਸਕਦਾ ਹੈ, ਪਰ 3 ਲਗਾਤਾਰ ਹੋਣਗੇ, ਇਹ ਬਹੁਤ ਘੱਟ ਹੋਏਗੀ ਸੰਭਾਵਨਾ। ਅੱਛਾ, ਆਓ ਦੇਖਦੇ ਹਾਂ ਕਿ ਅਸੀਂ ਸਿਚੁਏਸ਼ਨ 'ਚ ਇਸ ਵੀਡੀਓ 'ਚ ਲਰਨ ਕੀ ਕਰਨਾ ਹੈ। ਕਰਨਾ, ਫੋਰ ਐਗਜ਼ਾਮਪਲ, ਪੇਪਰ ਅਸੀਂ ਕਰ ਚੁੱਕੇ ਹਾਂ, ਲਗਭਗ 10:05, 2 ਮਿੰਟ ਬਚੇ ਨੇ, ਲਾਸਟ 'ਤੇ ਕੁਝ ਕੁਐਸਚਨ ਹੈ ਉਹ ਸੋਲਵ ਨਹੀਂ ਹੋ ਰਹੇ, ਅਤੇ ਤੁਸੀਂ ਇਹ ਸੋਚ ਰਹੇ ਹੋ। ਮੰਨ ਲਓ ਇੱਕ ਵੀਡੀਓ ਵਿੱਚ ਇਹ ਕਿਹਾ ਗਿਆ ਹੈ ਕਿ ਬੀ ਅਤੇ ਸੀ ਜ਼ਿਆਦਾ ਰਾਈਟ ਆਨਸਰ ਹੁੰਦਾ ਹੈ, ਉਹ ਵੀ ਇੱਥੇ ਪੇ ਕਰ ਰਹੀ ਹੈ। ਇਸ ਤੋਂ ਇਲਾਵਾ ਆਲ ਆਫ ਦੀ ਅਬਵ, ਨਨ ਆਫ ਦੀ, ਉਹ ਗਾਈਡ ਕਰ ਸਕਦੇ ਹਨ। ਤੀਸਰਾ ਹੈ ਕਿ ਕਿਉਂਕਿ ਫੁੱਟਪ੍ਰਿੰਟ ਦਾ ਪ੍ਰਿੰਸੀਪਲ ਕਹਿੰਦਾ ਹੈ ਕਿ ਜੇ ਇਹ ਠੀਕ ਹੈ, ਡੀ ਪਿੱਛੇ ਮੇਰਾ ਠੀਕ ਹੈ, ਤੇ 80% ਪ੍ਰੋਬੇਬਿਲਿਟੀ ਹੈ ਕਿ ਡੀ ਅਗਲਾ ਠੀਕ ਨਹੀਂ ਹੋਏਗਾ। 80% ਪ੍ਰੋਬੇਬਿਲਿਟੀ ਹੈ ਏ ਅਗਲਾ ਠੀਕ ਹੈ ਤੇ ਪਿਛਲਾ ਠੀਕ ਨਹੀਂ ਹੋਏਗਾ। ਸੋ ਇਹ ਸਾਰਾ ਕੁਝ 3 ਨੁਕਤਿਆਂ ਦੇ ਨਾਲ, ਜੇ ਮੇਰੇ ਕੋਲ ਕੁਐਸਚਨ ਦਾ ਆਨਸਰ ਨਹੀਂ ਹੈ ਤੇ ਮੈਂ ਬੀ ਜਾਂ ਸੀ ਚੋਂ ਚੂਜ਼ ਕਰਾਂਗਾ, ਕਿਉਂਕਿ ਬੀ ਜ਼ਿਆਦਾ ਆਪਸ਼ਨ ਰਾਈਟ ਹੁੰਦਾ ਹੈ। ਦੈਟ ਇਜ਼ ਵਾਈ ਮੈਂ ਬੀ ਨੂੰ ਇੱਥੇ ਚੂਜ਼ ਕਰ ਲਿਆ, ਫੁੱਟਪ੍ਰਿੰਟ ਦਾ ਜਿਹੜਾ ਹੈ ਪ੍ਰਿੰਸੀਪਲ ਨੂੰ ਫੋਲੋ ਕਰਦੇ ਹੋਏ। ਇੱਥੇ ਕੀ ਹੈ ਕਿ ਪਿਛਲੇ ਵਾਲਾ ਵੀ ਬੀ ਠੀਕ ਹੈ ਔਰ ਅਗਲੇ ਵਾਲਾ ਵੀ ਠੀਕ ਹੈ, ਵਿਚਲੇ ਵਾਲਾ ਹੁਣ ਕੀ ਹੋਏਗਾ? ਕਿਉਂਕਿ ਬੀ ਪਿਛਲੀ ਵੀਡੀਓ ਕਹਿੰਦੀ ਸੀ ਕਿ ਬੀ ਜ਼ਿਆਦਾ ਠੀਕ ਹੋ ਸਕਦਾ ਹੈ। ਤੋ ਇਸ ਅਜਿਹੀ ਸਿਚੁਏਸ਼ਨ ਵਿੱਚ ਤੁਸੀਂ ਸੋਚ ਸਕਦੇ ਹੋ, ਕਿਉਂਕਿ 3 ਫੁੱਟਪ੍ਰਿੰਟ ਲਗਾਤਾਰ ਬਹੁਤ ਜ਼ਿਆਦਾ ਘੱਟ ਹੁੰਦੇ ਨੇ, ਸੋ ਤੁਹਾਨੂੰ ਆਪਸ਼ਨ ਜਿਹੜੀ ਹੈ ਉਹ ਨੈਚੁਰਲੀ ਹੈ ਏ, ਸੀ ਜਾਂ ਡੀ ਚੋਂ ਚੁਣਨੀ ਪੈਣੀ ਹੈ।
डी का वो प्रिंसिपल के डी मैक्सिमम अवॉइड करते हैं। हाँ पिछले भी देख सकते हैं पिछले डी वाली लाइन खाली ही तो नहीं तुरी जाती, सो ए अवॉइड कर दिता और सी चूज करना ही ज्यादा दूजे नंबर पर आता है। पिछली वीडियो देखा इतने मैं जो तुक्का लगाना हो सी ऑप्शन नो राइट आंसर चुन लवाना। होर एक दो केस देखते हाँ जे कि अजि जरूरत पै जाती है। इतने फुटप्रिंट का प्रिंसिपल अप्लाई करना है, इतने डी है मतलब डी अगला नहीं होगा मैं अवॉइड कर रहा हाँ। दूसरा बी इतने भी है और बी लगातार दो पिछे भी आए हैं लेकिन बेशक ए जिहड़ा है डी आया है, सो मैं इतने बी अवॉइड कर सकता हाँ। मेरे को फिर बचते ने ए ते सी। देखिया मेरे काफी ए जिहड़े ठीक नहीं दिखाई आया कोई आंसर तो मैं जल्दी जल्दी ए नूं टिक कर देंगा राइट आंसर के तौर पर। इस केस विच होर आसान हो रहा है, इतने दो बी पहला भी ठीक ने दो बी विच ठीक ने एक विचो डी गलत सी, सो इतने प्रोबेबिलिटी बी नूं रिजेक्ट करन दी ज्यादा बन जाती है इतने डी नूं ज्यादा बन जाती है, फिर मैं इतने ए जां सी चो चुनांगा। पर इतने ए मैं देखा है कि इतने आया है एक सी इतने लगातार कोई नहीं चुनिया जा रहा, अजे ही स्थिति विच मैं सी नूं चूज कर लांगा। अगला केस है कि फिर बी बी अगे है बी बी पिछे है इतने डी नहीं आया इहदा सी आंसर ठीक है, इट मीनस इतने प्रोबेबिलिटी ज्यादा मैं बी नूं मैं अवॉइड कर रहा हाँ। हाँ ये गल वक्री है कि बी नूं नॉर्मल सिचुएशन च ज्यादा प्रैफर करना है पर ए फुटप्रिंट का दोनों इकट्ठे प्रिंसीपल अपलाई होंगे। ओके सो इतने ये सारा ही खाली चल रहा है, ये गल जल्दी देखो बड़ी जल्दी में नजर मारी के कि ये खाली चल रहा है, इधर डी बी खाली चल रहा है। हुण की है कि ए ते डी मेरे को इक्वल वाले आ गए कि मैं इन्हां चो एक चुनना हाँ, फिर मैं प्रिंसिपल दूसरा अप्लाई किया कि ए बी सी डी विचो पिछला रिसर्च एनालिसिस जिहड़ा पी एस टेट का यह कहता है दूसरी वीडियो जिहड़ा दसिया है कि डी सब तो घट राइट आंसर हुंदा है, इत्थे मैं ए नूं फिर चुन लिया राइट आंसर दे तौर पर। अजिहे केस विच उत्ते भी बी है थले भी बी है नाल सी है, यही मिडल वाले ज्यादा ठीक होने की संभावना होंगी है, पिछले वीडियो गल की सी ए ते डी मेरे को बच रहे हैं। हुण ए भी एक लाइन च इत्थे आ रहा है इत्थे नेड़े डी कोई नहीं आ रहा, ए नेड़े आ रहा है इत्थे मैं कोशिश करांगा डी नूं राइट आंसर, नेड़े कोई नहीं आ रहा दूर वाला डी राइट आंसर आया। सो एक कंक्लूजन दे तौर ते बड़ी ब्रीफ विच के एलिमिनेशन मैथड बेस्ट मैथड मनिया जांदा है, ऑल ऑफ द अबव जिहड़े पिछले वीडियो च डिस्कस कीता है कि रिलेटिवली ज्यादा सही हुंदा है, नन ऑफ दीज पी एस टेट विच बहुत ज्यादा घट, वैसे पिछले दो सालों में जीरो कोई भी ठीक नहीं सी, प्रेफरेंस मिड ए बी ते सी नूं दित्ती जावे ए कंक्लूजन ने, सिमिलर ते ओपोजिशन दी जिहड़े वर्ड सिमिलर है उन्हां नूं प्रेफर करना है जां दो ओपोजिट ऑप्शन है उन्हां चों इक राइट आंसर हो सकता है, पिछले वीडियो दस आया हाँ। अनरिलेटेड एक्सट्रीम केस नूं अवॉइड करना है, वो वीडियो देख के एग्जाम्पल जिदा मैथ्स विच एक्सट्रीम केस एक्सट्रीम डिजिट है उहदी एक्सरसाइज करवाई गई है, वो वीडियो का लिंक नीचे दिता हुआ होगा तुसीं देख सकते हो। प्रीवियस ते नैक्सट आंसर एक्यूरेसी ये जिहड़ी पिछे एक्सरसाइज करके आए हाँ, बाकी तुहाडा प्रैपरेशन लैवल जे घट है तो नैचुरली है कि ये प्रिंसीपल तुक्के बारे तुसीं ज्यादा यूज करोगे। लोंग टेल वाला तुसी पहला जो पहले राउंड में ही कर रहे हो उदो ही लोंग टेल के आधार पर उसको प्रैफर करके राइट रिस्पोंस कर लोगे, ये वीडियो उदो यूज करना है फुटप्रिंट ऑल ऑफ द अबव नन ऑफ दीज ते ए बी सी डी वाला, ये तीन वीडियो उदो यूज करने हैं जो तुसी लास्ट ते हो डिफिकल्ट सिचुएशन च हो और आंसर तुहानू नहीं पता। टेट की जल्दी तैयारी करने लिए तुसी प्लेलिस्ट जाके टेट बेसिक कोर्स जाओ, ये सारिया वीडियो तुहानू उत्थे मिल जाएगियां, इस दे नाल नाल ओ शब्द जिहड़े दस दिंदे हन ऑप्शन दे विच शब्द कि ए राइट आंसर ही हुंदा है, ओ शब्द जिहड़े दस दिंदे हन कि रोंग आंसर ही हुंदा है, जिवें पनिशमेंट हमेशा ही रोंग होएगी और इंट्रिंसिक मोटिवेशन हमेशा ही ठीक होएगी टेट दे एग्जाम विच, इस तरह दियां ओ लिस्ट काफी लंबी दित्ती गई है ओ जे तैयार कर लैंदे हो मेरे ख्याल च 60% तो वध तैयारी तुहाडी हो जाएगी। लर्न टू एक्चुअलाइज डॉक्टर तीर सिंह, थैंक यू।